ਜੰਡਿਆਲਾ ਪੁਲਿਸ ਨੇ 100 ਫੁੱਟ ਰੋਡ ਤੇ ਨਕਲੀ ਘਿਓ ਤਿਆਰ ਕਰਨ ਵਾਲੀ ਇੱਕ ਜਾਲੀ ਕੰਪਨੀ ਦਾ ਪਰਦਾਫਾਸ਼ ਕੀਤਾ ਹੈ। ਇਸ ਸੰਬੰਧੀ ਮਮਤਾ ਘਿਓ ਦੁਕਾਨਦਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸ ਤੇ ਦੁਕਾਨਦਾਰ ਦਾ ਕਹਿਣਾ ਕਿ ਉਹਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ, ਜਿਸ ਕਰਕੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਵੇਚਣ ਦੀ ਨੁਬਤ ਆ ਰਹੀ ਹੈ। ਕੀ ਮਾਮਲਾ ਹੈ ਜੀ? ਮਾਮਲਾ ਇਹ ਜੀ, ਇਹ ਬੰਦਾ ਪਕੜਾ ਗਿਆ, ਨਕਲੀ ਘਿਓ ਬਣਾ ਕੇ ਸਾਡਾ ਵੇਚਦਾ ਸੀ, ਆਪਣਾ ਫੈਕਟਰੀ ਦਾ ਨਾਮ ਪੰਜਾਬ ਮਿਲਕ ਫੂਡ ਹੈ, ਸਾਡਾ ਵੀ ਵੇਚਦਾ ਸੀ, ਔਰ ਵੀ ਕਈ ਬ੍ਰਾਂਡ ਵੇਚਦਾ ਸੀ, ਤੁਹਾਡੀ ਕਿਹੜੀ? ਮਿਲਕਲੈਂਡ ਹੋ ਗਿਆ, ਮਮਤਾ ਹੋ ਗਿਆ, ਸਿਫਤੀ ਕਈ ਵੀ ਡੱਬੇ ਪਾਏ ਉੱਥੋਂ, ਮੁਕੰਦ ਕਰਕੇ ਹੈ ਕੋਈ, ਉਸੇ ਵੀ ਡੱਬੇ ਪਾਏ ਉੱਥੋਂ, ਡੇਅਰੀ ਫਾਰਮ ਹੈ ਉਸੇ ਵੀ ਡੱਬੇ ਪਾਏ, ਇਸ ਟਾਈਮ 'ਤੇ ਬਣਾਈ ਅਤੇ ਨਕਲੀ ਵਿੱਚ ਹੀ ਡਾਲਡਾ ਵਿੱਚ ਹੀ ਕੈਮੀਕਲ ਬਣਾ ਕੇ ਵੇਚਦਾ ਹੈ। ਤੁਹਾਡਾ ਕਿਹੜੀ ਫੈਕਟਰੀ ਹੈ? ਸਾਡੀ ਮਮਤਾ। ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਵੀ ਨਕਲੀ ਵੇਚਦੇ? ਸਾਨੂੰ ਬਾਜ਼ਾਰ ਤੋਂ ਕੰਪਲੇਂਟ ਆਉਣੀ ਸ਼ੁਰੂ ਹੋ ਗਈ ਅਤੇ ਰੇਟ 'ਤੇ ਬੜਾ ਡਿਫਰੈਂਸ ਸੀ, ਇਹਨੇ 4000 ਦਾ ਟੀਨ ਵੇਚਦੇ ਨਾ, ਅਤੇ ਸਾਡਾ ਟੀਨ ਦੀ ਕੀਮਤ 6800 ਰੁਪਏ। ਤੁਹਾਨੂੰ ਕਿੰਨਾ ਘਾਟਾ ਪਿਆ ਦੁਕਾਨ ਤੋਂ? ਕਰੋੜਾਂ ਰੁਪਏ ਘਾਟਾ ਗਿਆ ਜੀ, ਕਰਜ਼ਾਈ ਹੈ। ਅਸੀਂ ਮੰਗ ਕਰਦੇ ਪਏ ਹਾਂ ਵੀ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਇਹਨੂੰ ਕਰੋੜਾਂ ਰੁਪਏ ਦਾ ਨਾ ਨੁਕਸਾਨ ਕਰ ਦਿੱਤਾ ਇੰਡਸਟਰੀ ਦਾ। ਜੇ ਜਿਸ ਹਿਸਾਬ ਨਾਲ ਇਹਦਾ ਇੰਡਸਟਰੀ ਦਾ ਨੁਕਸਾਨ ਹੋਇਆ, ਇੱਥੇ 15-20 ਹਜ਼ਾਰ ਬੰਦਾ ਜਿਹੜਾ ਸਾਰਾ ਬੇਰੁਜ਼ਗਾਰ ਹੋ ਰਿਹਾ। ਫੈਕਟਰੀ ਵੇਚਣੀ ਲਈ ਹੈ? ਬਿਲਕੁਲ, ਫੈਕਟਰੀ ਵੇਚਣੇ ਲੱਗ ਗਈ ਹੈ, ਜਦੋਂ ਅਸੀਂ ਬਹੁਤ ਜ਼ਿਆਦਾ ਕਰਜ਼ਾਈ ਹੋ ਗਏ ਤਾਂ ਫੈਕਟਰੀ ਵਿਕਣੇ ਲੱਗ ਹੀ ਜਾਣੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੇ ਅਫਸਰ ਵੱਲੋਂ ਜਾਲੀ ਦੇਸੀ ਘਿਓ ਦੇ ਨਮੂਨੇ ਭਰੇ ਗਏ ਨੇ। ਸਿਹਤ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਕਿ ਨਮੂਨਿਆਂ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਪਤਾ ਲੱਗਿਆ ਸੀ ਕਿ ਮਮਤਾ ਜਿਹੜੇ ਵੱਲੋਂ ਕੰਪਲੇਂਟ ਦਿੱਤੀ ਗਈ ਸੀ ਕਿ ਜਿਹੜਾ ਬੰਦਾ ਹੈਗਾ ਸੁਲਤਾਨ ਰੋਡ 'ਤੇ ਨਕਲੀ ਦੇਸੀ ਘਿਓ ਦਾ ਕਾਰੋਬਾਰ ਕਰ ਰਿਹਾ ਹੈਗਾ, ਅਤੇ ਉਸ ਸੰਬੰਧ ਵਿੱਚ ਜਿਹੜੇ ਹੈਗੀ ਆ ਉਹ ਪੁਲਿਸ ਵੱਲੋਂ ਵੀ ਤਫਤੀਸ਼ ਕੀਤੀ ਗਈ ਸੀ, ਦੁਬਾਰਾ ਕਿਹਾ ਕਿ ਉਹ ਵੱਖਰੇ ਵੱਖਰੇ ਬ੍ਰਾਂਡ ਦਾ ਦੇਸੀ ਘਿਓ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਮੌਕੇ ਤੋਂ ਡਾਲਡਾ ਘਿਓ ਹੋਰ ਕਈ ਤੀਨ ਉਸ ਤੋਂ ਬਰਾਮਦ ਹੋਈ। ਮਮਤਾ ਇੱਕ ਬ੍ਰਾਂਡ ਯੂਜ਼ ਕਰਦਾ ਸੀਗਾ, ਇੱਕ ਮਦਰ ਮਿਲਕਲੈਂਡ, ਇੱਕ ਦੀਪ ਕਲਾਸ, ਇਸ ਤਰ੍ਹਾਂ ਦੇ ਕਈ ਬ੍ਰਾਂਡ ਉਹਦੇ ਜਿਹੜੇ ਹੈਗੇ ਆ। ਜੰਡਿਆਲਾ ਗੁਰੂ ਤੋਂ ਸੁਰਿੰਦਰ ਕੁਮਾਰ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।